ਸੋ ਜਿੱਥੇ ਕਿ ਸਿੱਧੂ ਮੂਸੇਵਾਲ ਦਾ ਪ੍ਰਚਾਰ ਲਗਾਤਾਰ ਜਾਰੀ ਹੈ ਕਈ ਸਿੰਗਰ ਨਾਮੀ ਕਲਾਕਾਰ ਪਹੁੰਚ ਰਹੇ ਨੇ ਗੁਰਜੈਜ ਬਾਈ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਅੱਜ ਬਾਈ ਦੇ ਪ੍ਰਚਾਰ ਲਈ ਆਇਆ ਸਿੱਧੂ ਮੂਸੇਵਾਲੇ ਕੀ ਉਮੀਦ ਲੱਗਦੀ ਹੈ ਪਹਿਲਾਂ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਸਾਰੇ ਮਾਨਸਾ ਵਾਲੇ ਬਹੁਤ ਸਾਥ ਦੇ ਰਹੇ ਨੇ ਤੁਸੀਂ ਮੀਡੀਆ ਵਾਲੇ ਨੇ ਬਹੁਤ ਡਟ ਕੇ ਸਾਥ ਦਿੱਤਾ ਪਹਿਲੇ ਦਿਨ ਤੋਂ ਉਮੀਦ ਸਾਰੇ ਨਾਲ ਨਹੀਂ ਸਾਡੇ ਹੋਪ ਸੋ ਸਾਰਿਆਂ ਨੂੰ ਰਿਜ਼ਲਟ ਤਕਰੀਬਨ ਪਹਿਲਾਂ ਦਿਸ ਹੀ ਰਿਹਾ ਸਾਨੂੰ ਪਿਛਲੇ ਦਿਨਾਂ ਦਾ ਇੰਨੇ ਦਿਨਾਂ ਦਾ ਅਸੀਂ ਮੈਂ ਫਿਲਮ 'ਚ ਬਿਜ਼ੀ ਤਾਂ ਕਰਕੇ ਪਹਿਲਾਂ ਨਹੀਂ ਆ ਹੋਇਆ ਸੋ ਮਾਨਸਾ ਵਾਲੇ ਸਾਰੇ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਅਤੇ ਬਹੁਤ ਵੱਡੀ ਜਿੱਤ ਦੇ ਨਾਲ ਸਾਡਾ ਭਰਾ ਮੂਸੇਵਾਲਾ ਆਊਗਾ 10 ਤਰੀਕ ਨੂੰ ਰਿਜ਼ਲਟ ਜੀ की देख रहा है बई च अजिहा की देख रहा है सारे चंगा लग रहा है कहते बई बहुत दिल का भी चंगा हाँ जी बिल्कुल बई पता ही है सानू तो नवा कदे जो भी किसी वर्ग के कोई नवा नौजवान बंदा आउंदा हैगा क्योंकि जो नौजवान है मैं लगता वह नौजवानों वध समझदा गा थोड़ा जा होरां दे मुकाबले उन्हें हुण सिद्धू नूं जां किसे कोई भी होर नौजवान आया उन्हें पता है भी नौजवानों नूं की चाहिए है वह क्यों की समस्या आ रही ने उन्हें सानू इत्थे रोज़गार नहीं मिलता जिदे करके बाहर जाना पैंदा हैगा ਜਾਂ ਹੋਰ ਸ਼ਹਿਰਾਂ 'ਚ ਮੁਲਕਾਂ ਦੇ ਵਿੱਚ ਮੂਵ ਹੋਣਾ ਪੈਂਦਾ ਸੋ ਸਿੱਧੂ ਬਾਹਰ ਵੀ ਰਹਿ ਕੇ ਆਏਗਾ ਉਮੀਦ ਕਰਦੇ ਹਾਂ ਉਹਨੂੰ ਪਤਾ ਹੋਊਗਾ ਨੌਜਵਾਨਾਂ ਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਮਝੂਗਾ ਤੇ ਹੱਲ ਕਰੂਗਾ ਭਰਾ ਸਾਡਾ ਗੁਰਜੈਜ ਬਾਈ ਚੰਗੀ ਗੱਲ ਕੀ ਲੱਗਦੀ ਸਭ ਤੋਂ ਵਧੀਆ ਉਹਨਾਂ ਦੀ ਜੇ ਗੱਲ ਕੀਤੀ ਜਾਵੇ ਸਿੱਧੂ ਬਾਈ ਦੀ ਵੀ ਇਸ ਗੱਲ ਪਿੱਛੇ ਬਹੁਤ ਚੰਗਾ ਬੰਦਾ ਸਿੱਧੂ ਸੁਭਾਅ ਬਹੁਤ ਵਧੀਆ ਭਰਾ ਦਾ ਸਾਡੇ ਦਾ ਚੰਗੀ ਗੱਲ ਅਸੀਂ ਤਾਂ ਨਿੱਜੀ ਤੌਰ ਤੇ ਜਾਣਦੇ ਹਾਂਗੇ ਉਹ ਚੰਗੀਆਂ ਗੱਲਾਂ ਨਹੀਂ ਸਾਨੂੰ ਐ ਵੀ ਜੋ ਕਹਿ ਰਿਹਾ ਹੈਗਾ ਸਿੱਧੂ ਕਰੂਗਾ ਜ਼ਰੂਰ ਤੇ ਅਸੀਂ ਸਾਰੇ ਜਣੇ ਡਟ ਕੇ ਸਾਥ ਦੇ ਰਹੇ ਹਾਂ ਜੇ ਨਾ ਕੀਤਾ ਅਸੀਂ ਕੋਈ ਗੱਲ ਨਹੀਂ ਕੱਲ ਨੂੰ ਸਾਨੂੰ ਮੈਸੇਜ ਕਰਦੇ ਹੋਏ ਸਿੱਧੂ ਨੇ ਆ ਕੇ ਅਸੀਂ ਨਹੀਂ ਕਰਿਆ ਸੀ ਡੈਫੀਨੇਟਲੀ ਸਾਰੇ ਜੋ ਵਾਅਦੇ ਕੀਤੇ ਨੇ ਸਿੱਧੂ ਨੇ ਪੂਰੇ ਕਰੂਗਾ ਆਸ ਹੈ ਕਹਿੰਦੇ ਬਹੁਤ ਵੱਡੀ ਸਿੱਧੂ ਤੋਂ ਗੁਰਜੈਜ ਭਾਈ ਨੂੰ ਅਜੇ ਹੀ ਆਸ ਹੈ ਕਿ ਕੱਲ ਨੂੰ ਕੋਈ ਗੱਲ ਹੁੰਦੀ ਹੈ ਤਾਂ ਐਮਐਲਏ ਸਾਡਾ ਆਪਦਾ ਹੋਏਗਾ ਹਾਂ ਬਿਲਕੁਲ ਆਪਦਾ ਭਰਾ ਸਾਡਾ ਕੋਈ ਵੀ ਤੁਹਾਡਾ ਕੰਮ ਹੈ ਤੁਸੀਂ ਸਿੱਧੂ ਨੂੰ ਕਹਿ ਸਕਦੇ ਹੋ ਸਾਨੂੰ ਕਹਿ ਸਕਦੇ ਹੋ ਅਸੀਂ ਕਹਿ ਦਾਂਗੇ ਤੁਹਾਡੇ ਵੰਡੇ ਦਾ ਸਿੱਧੂ ਨੂੰ ਤੁਹਾਨੂੰ ਚਾਹਣ ਵਾਲੇ ਵੀ ਬਹੁਤ ਪਹੁੰਚੇ ਨੇ ਜੇ ਗੱਲ ਕੀਤੀ ਜਾਵੇ ਸਿੱਧੂ ਭਾਈ ਨੂੰ ਚਾਹਣ ਵਾਲੇ ਐਮੀ ਬਾਈ ਨੂੰ ਵੀ ਚਾਹਣ ਵਾਲੇ ਬਹੁਤ ਪਹੁੰਚੇ ਨੇ ਤੁਹਾਨੂੰ ਦੇਖ ਕੇ ਵੀ ਬਹੁਤ ਆ ਰਹੇ ਨੇ ਇੱਥੇ ਉਹਨਾਂ ਲਈ ਕੀ ਮੈਸੇਜ ਆ ਤੇ ਤਰੀਕ ਜਿਹੜੀ ਅੱਜ ਪ੍ਰਚਾਰ ਬੰਦ ਹੋ ਜਾਣਾ 20 ਤਰੀਕ ਨੂੰ ਵੋਟਾਂ ਪੈਣੀਆਂ ਤੁਸੀਂ ਕੀ ਕਹੋਗੇ ਮਾਨ ਸਾਹਿਬ ਵੀ ਖੜੇ ਹੋਣੇ ਇੱਕ ਪਾਸੇ ਤੇ ਆਪਣਾ ਅੱਜ 18 ਤਰੀਕ ਅੱਜ 5 ਵਜੇ ਪ੍ਰਚਾਰ ਬੰਦ ਹੋ ਜਾਣਾਗਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ 20 ਤਰੀਕ ਨੂੰ ਪਹੁੰਚੋ ਤੇ ਵੋਟਾਂ ਦਿਓ ਤੇ ਸਿੱਧੂ ਵੀਰੇ ਨੂੰ ਜਿਤਾਓ ਤੇ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਉਜਵਲ ਕਰੋ ਕੀ ਲੱਗਦਾ ਭਾਜੀ ਹੁਣ ਲਗਾਤਾਰ ਪ੍ਰਚਾਰ ਜਾਰੀ ਹੈ ਜਿਵੇਂ ਅੱਜ 5 ਵਜੇ ਬੰਦ ਹੋ ਜਾਣਾ ਭਗਵੰਤ ਮਾਨ ਜੀ ਵੀ ਲਗਾਤਾਰ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਰਹੇ ਹੁਣ ਉਹ ਵੀ ਸਿਆਸਤ ਦੇ ਵਿੱਚ ਨੇ ਉਹਨਾਂ ਦੇ ਨਾਲ ਨਾਰਾਜ਼ਗੀ ਤਾਂ ਨਹੀਂ ਹੋਏਗੀ ਕੋਈ ਸਾਡੀ ਕਿਸੇ ਨਾਲ ਨਾਰਾਜ਼ਗੀ ਨਹੀਂ ਨਾ ਹੀ ਅਸੀਂ ਕਿਸੇ ਪਾਰਟੀ ਨਾਲ ਅਸੀਂ ਤਾਂ ਸਿਰਫ ਆਪਣੇ ਭਰਾ ਕਰਕੇ ਜਿੱਥੇ ਇੱਥੇ ਸਾਡਾ ਭਰਾ ਕੋਈ ਵੀ ਖੜਾ ਸਿੱਧੂ ਮੂਸੇ ਵਾਲਾ ਖੜਾ ਅਸੀਂ ਮੂਸੇ ਵਾਲੇ ਬਾਈ ਕਰਕੇ ਆਏ ਹੋਏ ਹਾਂ ਸਾਰੇ ਜਣੇ ਇੱਥੇ ਸਾਡਾ ਪਾਰਟੀ ਨਾਲ ਕਿਸੇ ਨਾਲ ਕੋਈ ਵੀ ਵਾਸਤਾ ਨਹੀਂ ਜਿਹੜੇ ਵੀ ਵਧੀਆ ਲੀਡਰ ਨੇ ਤੁਸੀਂ ਸਾਰਿਆਂ ਨੂੰ ਵੋਟਾਂ ਪਾਓ ਤੇ ਜਿਤਾਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਬੰਦਾ ਮਾਨਸੇ ਅਸੀਂ ਜ਼ਰੂਰ ਕਰਾਵਾਂਗੇ ਸਾਡੇ ਭਰਾ ਨੂੰ ਪਾਓ ਮੂਸੇ ਵਾਲੇ ਨੂੰ ਤੇ ਬਾਕੀ ਜਿੱਥੇ ਕਿਤੇ ਵੀ ਤੁਹਾਡਾ ਕੋਈ ਵਧੀਆ ਉਮੀਦਵਾਰ ਹੈ ਤੁਹਾਨੂੰ ਲੱਗਦਾ ਵੀ ਇਹ ਭਵਿੱਖ ਸਵਾਰੂਗਾ ਤੁਹਾਡਾ ਉਹਨੂੰ ਵੋਟਾਂ ਪਾਓ ਤੇ ਪਾਉਣਾ ਜ਼ਰੂਰ ਹੈ 20 ਤਰੀਕ ਨੂੰ ਪਹੁੰਚਿਓ ਜ਼ਰੂਰ ਤੇ ਸਾਰੇ ਜਣੇ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਰਿਕਾਰਡ ਤੋੜ ਪੋਲਿੰਗ ਹੋਵੇ ਇਸ ਵਾਰੀ ਤੇ ਆਪਣੀ ਮਨਪਸੰਦ ਦਾ ਆਪਾਂ ਚੁਣੀਏ ਨੁਮਾਇੰਦੇ ਕਹਿੰਦੇ ਸਿੱਧੂ ਦੀ ਸੋਚ ਅਲੱਗ ਆ ਸਭ ਤੋਂ ਵੀ ਸੋਚ ਚੰਡੀਗੜ੍ਹ ਵੀ ਜਾ ਸਕਦਾ ਸੀ ਪਰ ਪਿੰਡ ਦੇ ਵਿੱਚ ਬੈਠਾ ਹੋਇਆ ਹਵੇਲੀ ਪਿੰਡ 'ਚ ਬਾਲੀ ਬਿਲਕੁਲ ਆਪਾਂ ਸ਼ੁਰੂ ਤੋਂ ਹੀ ਦੇਖਦੇ ਹਾਂ ਜਦੋਂ ਦਾ ਸਿੱਧੂ ਆਇਆ ਗਿਆ ਇੰਡਸਟਰੀ ਵਿੱਚ ਪਹਿਲਾਂ ਉੱਥੇ ਸੀਗਾ ਹੁਣ ਜਦੋਂ ਦਾ ਇੱਥੇ ਆਇਆ ਵੀਰਾ ਤੇ ਪਿੰਡ ਹੀ ਹੁੰਦਾ ਜ਼ਿਆਦਾਤਰ ਵਧੀਆ ਪਿੰਡ ਨਾਲ ਪਿਆਰ ਹੈਗਾ ਚੰਗੀ ਗੱਲ ਹੈਗੀ ਪਿੰਡ ਵਾਲਿਆਂ ਨੂੰ ਪਿੰਡ ਦਾ ਨਾਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਕੀਤਾ ਮੈਂ ਸਾਨੂੰ ਇਵਨ ਕਿ ਮੈਨੂੰ ਵੀ ਨਹੀਂ ਪਤਾ ਸੀਗਾ ਮੂਸੇ ਵਾਲੇ ਨਾਂ ਦਾ ਕੋਈ ਪਿੰਡ ਹੈਗਾ ਜਦੋਂ ਦਾ ਆਇਆ ਹੈਗਾ ਸਿੱਧੂ ਉਹਦਾ ਸਾਰਿਆਂ ਨੂੰ ਹੀ ਪਤਾ ਹੈਗਾ ਪਿੰਡ ਦਾ ਨਾਂ ਬਹੁਤ ਪੰਜਾਬ ਦਾ ਵੀ ਨਾਂ ਬਹੁਤ ਵਧਾਇਆ ਵੀਰੇ ਨੇ ਸੋ ਅਸੀਂ ਕਾਮਨਾ ਕਰਦੇ ਹਾਂ ਕਿ ਵੀਰਾ ਜਿੱਤੂਗਾ ਤੇ ਸਾਰੇ ਇਲਾਕੇ ਦੀ ਤਰੱਕੀ ਹੋਊਗੀ ਤੇ ਵਧੀਆ ਰੋਜ਼ਗਾਰ ਜਾਂ ਸੋਰਸਿਸ ਲੈ ਕੇ ਆਊਗਾ ਇੱਕ ਜਾਂਦੇ ਲਾਸਟ ਦੀਪ ਬਾਈ ਬਾਰੇ ਦੀਪ ਸਿੱਧੂ ਬਾਈ ਅੱਜ ਆਪਣੇ ਵਿਚਕਾਰ ਨਹੀਂ ਰਹੇ ਕੋਈ ਅਜਿਹੀ ਯਾਦ ਜਾਂ ਉਹਨਾਂ ਦੀ ਤੁਹਾਡੇ ਨਾਲ ਕੋਈ ਪਲ ਬੀਤਿਆ ਹੋਵੇ ਕੋਈ ਉਹਨਾਂ ਨਾਲ ਗੱਲ ਹੋਈ ਮੈਂ ਦੀਪ ਸਿੱਧੂ ਵੀਰੇ ਨੂੰ ਮਿਲਿਆ ਨਹੀਂ ਕਦੇ ਵੀ ਪਰ ਮੇਰੀ ਵਟਸਐਪ ਤੇ ਇੱਕ ਵਾਰ ਗੱਲ ਹੋਈ ਸੀ ਮੈਂ ਉਹਨਾਂ ਦੀ ਜੋਰਾ ਫਿਲਮ ਦਾ ਬਹੁਤ ਵੱਡਾ ਫੈਨ ਆ ਮੈਂ ਕਈ ਵਾਰ ਦੇਖੀ ਆ ਉਹ ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ ਸੀਗਾ ਇੱਕ ਵਾਰੀ ਵਟਸਐਪ ਤੇ ਵੀਰੇ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਅਫਸੋਸ ਹੈਗਾ ਕੋਈ ਵੀ ਕਿਸੇ ਮਾਂ ਦਾ ਪੁੱਤ ਜਦੋਂ ਨੌਜਵਾਨ ਉਮਰ 'ਚ ਚਲਾ ਜਾਵੇ ਤਾਂ ਉਹਦਾ ਅਫਸੋਸ ਤਾਂ ਹੁੰਦਾ ਹੀ ਹੈ ਹਾਂ ਕਈਆਂ ਦੇ ਮਤਲਬ ਕਿ ਸੋਚ ਨਹੀਂ ਕਈ ਵਾਰ ਕਿਸੇ ਬੰਦੇ ਦੀ ਮਿਲਦੀ ਹੁੰਦੀ ਕਿਸੇ ਨਾਲ ਉਹ ਹੋ ਸਕਦੇ ਨੇ ਕੋਈ ਗੱਲ ਨਹੀਂ ਜਦੋਂ 4 ਜਣੇ ਨੇ ਉਹ ਜ਼ਰੂਰੀ ਨਹੀਂ ਹੁੰਦਾ ਉਹਨਾਂ ਦੀ ਸੋਚ ਇੱਕੋ ਹੁੰਦੀ ਹੈ ਵੱਖੋ ਵੱਖਰੀ ਹੋ ਸਕਦੀ ਹੈਗੀ ਪਰ ਅਫਸੋਸ ਹੈ ਦੁੱਖ ਹੈ ਕਿ ਹਜੇ ਉਮਰ ਨਹੀਂ ਸੀ ਵੀਰੇ ਦੀ ਅਤੇ ਬਹੁਤ ਸੂਝਵਾਨ ਅਤੇ ਸਿਆਣਾ ਬੰਦਾ ਸੀ ਉਹ ਵਧੀਆ ਭਵਿੱਖ ਸੀਗਾ ਉਹਨਾਂ ਦਾ ਰਾਜਨੀਤੀ ਦੇ ਵਿੱਚ ਵੀ ਕਹਿ ਲਈਏ ਅਤੇ ਸਾਡੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਹੈ ਹੀ ਸੀ ਅਫਸੋਸ ਹੈਗਾ ਅਤੇ ਇਸ ਦਾ ਬੇਨਤੀ ਕਰ ਸਰਦਾਸ ਹੀ ਕਰ ਸਕਦੇ ਹਾਂ ਕਿ ਪਰਿਵਾਰ ਹੈ ਜਿਹੜਾ ਉਹ ਹੌਸਲਾ ਵਾਹਿਗੁਰੂ ਹੌਸਲਾ ਬਖਸ਼ੇ ਅਤੇ ਉਹਨਾਂ ਦੀ ਆਤਮਾ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਵੇ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਅੱਜ ਮਾਨਸਾ ਪਿੰਡ ਪਹੁੰਚੇ ਸੀ ਜਿੱਥੇ ਕਿ ਨਾਮੀ ਕਲਾਕਾਰ ਪਹੁੰਚ ਰਹੇ ਨੇ
सो बई नाल गलबात की जिते कि सिद्धू मूसेवाले भी नहीं बल्कि भगवंत मान में भी सपोर्ट है जे अगर जो चंगा कैंडीडेट है असं उन्होंने भी सपोर्ट करते हैं। सो तस्वीर तो मानसा से दिखा रहे थे दीप सिद्धू बारे बई ने गल कही है। सो अपने विचार सर जरूर साझे करो कैमरे सहयोग शरद धन्यवाद।